ਕਿੰਨੇ ਫੀਸ ਦੀ ਲੋਕ ਨੇ ਜਿਹੜੇ ਕੋਵਿਡ-19 ਅਲਰਟ ਐਪ ਦਾ ਸਹੀ ਇਸਤੇਮਾਲ ਕਰਦੇ ਨੇ ਸਿਰਫ ਕੁਝ ਹੀ ਲੋਕ ਅਜਿਹੇ ਸਨ ਜਦੋਂ ਸਰਵੇ ਹੋਇਆ ਜਿਹੜੇ ਸਹੀ ਇਸਤੇਮਾਲ ਕਰ ਰਹੇ ਨੇ ਬਾਕੀ ਐਪ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ 96 ਫੀਸ ਦੀ ਉਹ ਲੋਕ ਜਿਨ੍ਹਾਂ ਦਾ ਟੈਸਟ ਕੋਵਿਡ-19 ਪੋਜ਼ਿਟਿਵ ਆਇਆ ਹੈ ਉਹਨਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਜਾਂਚ ਦੇ ਵਿੱਚ ਇਹ ਸਾਫ਼ ਤੌਰ ਤੇ ਪਾਇਆ ਗਿਆ ਕਿ ਉਹ ਐਪ ਅਲਰਟ ਜਿਹੜੀ ਐਪ ਹੈ ਉਸ ਦੀ ਵਰਤੋਂ ਨਹੀਂ ਕਰਦੇ ਸਰਵੇ ਦੀ ਰਿਪੋਰਟ ਤਾਂ ਇਹੀ ਕਹਿ ਰਹੀ ਹੈ ਇਹੀ ਕਾਰਨ ਹੈ ਜਿਸ ਕਾਰਨ ਕੋਵਿਡ ਜ਼ਿਆਦਾ ਫੈਲਿਆ ਹੈ ਰੀਪੋਰਟ ਦੇਖ ਨਾ ਸਰ 94% ਕੈਨੇਡੀਅਨ ਜਿਹੜੇ ਕਰੋਨਾ ਵਾਇਰਸ ਦੇ ਲਈ ਸਕਾਰਾਤਮਕ ਟੈਸਟ ਕਰਦੇ ਨੇ ਉਹ ਕੋਵਿਡ ਚੇਤਾਵਨੀ ਐਪ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਕੋਵਿਡ 19 ਚੇਤਾਵਨੀ ਐਪ ਯਾਨੀ ਕਿ ਕੋਵਿਡ 19 ਅਲਰਟ ਐਪ ਕਰੋਨਾ ਵਾਇਰਸ ਦੇ ਵਿਰੁੱਧ ਸੰਘਰਸ਼ ਦੀ ਅਗਲੀ ਵੱਡੀ ਉਮੀਦ ਸੀ ਪਰ ਨਵੇਂ ਆંકड़े ਸੁਝਾ ਦਿੰਦੇ ਨੇ ਕਿ ਬਹੁਤ ਘੱਟ ਲੋਕ ਸਹੀ ਐਪ ਦੀ ਵਰਤੋਂ ਕਰਦੇ ਨੇ ਇਸ ਨੂੰ ਕੋਵਿਡ 19 ਦੇ ਫੈਲਣ ਨੂੰ ਹੌਲੀ ਕਰਨ ਜਾਂ ਸੀਮਿਤ ਕਰਨ ਤੇ ਲਗਭਗ ਕੋਈ ਪ੍ਰਭਾਵ ਨਹੀਂ ਹੋਇਆ ਜਨਤਕ ਸਿਹਤ ਦੇ ਆંકੜਿਆਂ ਦੇ ਵਿੱਚ ਤਕਰੀਬਨ 535000 ਕੈਨੇਡੀਅਨ ਦੇ ਵਿੱਚ ਸਿਰਫ 3.8% ਨੇ ਇਹ ਦਰਸਾਇਆ ਕਿ ਕੋਵਿਡ-19 ਲਈ ਕਿਸਨੇ ਸਕਾਰਾਤਮਕ ਟੈਸਟ ਕੀਤਾ ਹੈ ਕਿਉਂਕਿ ਐਪ ਲਾਈਵ ਹੋ ਗਈ ਹੈ ਅਸਲ ਦੇ ਵਿੱਚ ਇਸ ਦੀ ਵਰਤੋਂ ਦੂਜਿਆਂ ਨੂੰ ਵਾਇਰਸ ਦੇ ਸੰਭਾਵਿਤ ਐਕਸਪੋਜ਼ਰ ਬਾਰੇ ਚੇਤਾਵਨੀ ਦੇਣ ਦੇ ਲਈ ਕੀਤੀ ਗਈ ਹੈ ਇਸ ਦਾ ਮਤਲਬ ਹੈ ਕਿ 96.2% ਦੀ ਲੋਕ needle ਸੰਪਰਕ ਨੂੰ ਚੇਤਾਵਨੀ ਦੇਣ ਦੇ ਲਈ ਐਪ ਦੀ ਵਰਤੋਂ ਕਰ ਸਕਦੇ ਨੇ ਜਾਂ ਫਿਰ ਉਹ ਇਸ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਕੈਲਗਰੀ ਯੂਨੀਵਰਸਿਟੀ ਦੇ ਖੋਧੀਆਂ ਬਿਮਾਰੀਆਂ ਦੇ ਮਾਹਰ ਨੇ ਦੱਸਿਆ ਹੈ ਕਿ ਜਦੋਂ ਅਸੀਂ ਸਿਰਫ ਜਹੀ ਫੀਸਦੀ ਹੀ ਵੇਖ ਰਹੇ ਆ ਇਸ ਸਥਿਤੀ ਦੇ ਵਿੱਚ 10 ਫੀਸਦੀ ਤੋਂ ਘੱਟ ਤੇ 5 ਫੀਸਦੀ ਜਾਂ ਇਨ੍ਹਾਂ ਐਪਾਂ ਦੀ ਵਰਤੋਂ ਕਰਦੇ ਨੇ ਇਹ ਜ਼ਰੂਰੀ ਹੈ ਪਰ ਪੂਰੀ ਤਰ੍ਹਾਂ ਬੇਕਾਰ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ ਪਿਛਲੀ ਗਰਮੀਆਂ ਦੇ ਵਿੱਚ ਜਦੋਂ ਐਪ ਲਾਂਚ ਕੀਤੀ ਗਈ ਸੀ ਤਾਂ ਇਹ ਕੈਨੇਡੀਅਨਸ ਨੂੰ ਉਹਨਾਂ ਦੇ ਪਰਿਵਾਰਾਂ ਤੇ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਸਹਾਇਤਾ ਕਰੇਗੀ ਜਦੋਂ ਪੱਜੜ ਦੇ ਵਿੱਚ ਪੁਸ਼ਟੀ ਕੀਤੀ ਤੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਅਦਾ ਹੋਇਆ ਟਰੂਡੋ ਨੇ ਹਰ ਉਮਰ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਐਪ ਡਾਊਨਲੋਡ ਕਰਨ ਲਈ ਬੇਨਤੀ ਵੀ ਕੀਤੀ ਸੀ ਟਰੂਡੋ ਨੇ 6 ਨਵੰਬਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿ ਨੌਜਵਾਨਾਂ ਨੂੰ ਕੋਵਿਡ ਅਲਰਟ ਐਪ ਡਾਊਨਲੋਡ ਕਰਨ ਦੀ ਲੋੜ ਹੈ ਇਹ ਤੁਹਾਡੇ ਮਾਪੇ ਦਾਦਾ ਦਾਦੀ ਤੇ ਤੁਹਾਡੇ ਨਜ਼ਦੀਕੀ ਤੇ ਤੁਹਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਲਈ ਸਿਹਤ ਕਾਮਯਾਬ ਕਰਨ ਦੇ ਵਿੱਚ ਕਾਰਗਰ ਸਾਬਿਤ ਹੋਵੇਗੀ ਇਹ ਬਿਲਕੁਲ ਮੁਫਤ ਵੀ ਹੈ ਤੇ ਤੁਹਾਡੀ ਸੇਫਟੀ ਦਾ ਵੀ ਖਿਆਲ ਰੱਖੇਗੀ ਹੈਲਥ ਕੈਨੇਡਾ ਵੀ ਬਾਰ-ਬਾਰ ਕੋਵਿਡ ਦੇ ਸੰਪਰਕ ਨੂੰ ਘਟਾਉਣ ਦੇ ਲਈ ਐਪ ਦਾ ਇਸਤੇਮਾਲ ਕਰਦਿਆਂ ਦੀ ਅਪੀਲ ਕਰਦਾ ਰਿਹਾ ਹੈ ਜਿਸ ਤਰ੍ਹਾਂ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ